ਕਲਤੂਰਾ ਸਿੱਖ ਦੇਖ ਰਹੀ ਸਮੂਹ ਸਿੱਖ ਜਗਤ ਨੂੰ ਦਾਸ ਕੁਲਵੰਤ ਸਿੰਘ ਖਾਲਸਾ ਅਤੇ ਪਰਮਜੀਤ ਸਿੰਘ ਖੱਸਣ ਜੋ ਇਸ ਸਟੂਡੀਓ ਦੇ ਵਿੱਚ ਮੌਜੂਦ ਹਨ, ਆਪਾਂ ਸਾਂਝ ਪਾ ਰਹੇ ਸੀ ਪੰਥ ਦੇ ਮਹਾਨ ਯੋਧੇ ਸੂਰਮੇ ਅਕਾਲੀ ਫੂਲਾ ਸਿੰਘ ਸਾਹਿਬ ਜੀ। ਹਰਿਮੰਦਰ ਸਾਹਿਬ ਜਦੋਂ ਲੜਾਈ ਹੋਈ ਦੋਨਾਂ ਮਿਸਲਾਂ ਦੇ ਵਿੱਚ ਖੜੋ ਕੇ ਇਹਨਾਂ ਨੇ ਤੇਗ ਨੂੰ ਪ੍ਰਕਾਸ਼ ਕੀਤਾ, ਚੰਡੀ ਨੂੰ ਪ੍ਰਕਾਸ਼ਮਾਨ ਕਰਕੇ ਉਹਨਾਂ ਨੂੰ ਉਪਦੇਸ਼ ਕੀਤਾ। ਉਹਦੇ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜੇ ਸੀ ਇਹਨਾਂ ਨੇ ਸਜ਼ਾ ਵੀ ਲਾਈ ਜੀ, ਔਰ ਉਹਦੇ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਬਹੁਤ ਜ਼ਿਆਦਾ ਮਰੀਦ ਹੋ ਗਿਆ ਅਕਾਲੀ ਫੂਲਾ ਸਿੰਘ ਜੀ ਦਾ ਜੀ। ਉਹਦੇ ਤੋਂ ਗਾਂਹ ਫਿਰ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜਾ ਅੰਗਰੇਜ਼ਾਂ ਦੇ ਬਾਬਤ ਵੀ ਦੱਸਣ ਮੁਤਾਬਕ ਆਇਆ ਪਰਮਜੀਤ ਸਿੰਘ ਜੀ, ਵੀ ਅੰਗਰੇਜ਼ਾਂ ਦੇ ਨਾਲ ਜਿਹੜੀ ਸੰਧੀ ਸੀ ਮਹਾਰਾਜਾ ਰਣਜੀਤ ਸਿੰਘ ਦੀ, ਅਕਾਲੀ ਫੂਲਾ ਸਿੰਘ ਨੇ ਕਿਹਾ ਸੀ ਵੀ ਮੇਰੀ ਕੌਮ ਦੇ ਵਿੱਚ ਜਿਹੜੇ ਬੰਦੇ ਨੇ ਵੀ ਰਹਿਣਾ, ਜਿਹੜਾ ਵੀ ਬੰਦਾ ਤੇਰੀ ਫੌਜ 'ਚ ਆਉਣਾ ਚਾਹੁੰਦਾ ਸਿੱਖ ਧਰਮ, ਉਹਨਾਂ ਦਾ ਸਾਰਿਆਂ ਦਾ ਸਤਿਕਾਰ ਕਰਦਾ, ਇੱਥੇ ਵੱਖ ਵੱਖ ਧਰਮ ਰਹਿੰਦੇ ਆ ਜੀ ਜੀ, ਪਰ ਉਹਨੂੰ ਇੱਕ ਸ਼ਰਤ ਜ਼ਰੂਰ ਮੇਰੀ ਮੰਨਣੀ ਪਊਗੀ ਕਿ ਉਹਨੂੰ ਦਾੜ੍ਹੀ ਜ਼ਰੂਰ ਰੱਖਣੀ ਪਊਗੀ, ਕਿਉਂਕਿ ਪਤਤ ਜਿਹੜਾ ਬੰਦਾ ਆਪਾਂ ਐਂਟਰ ਕਰਾਂਗੇ ਉਹਨੂੰ ਦੇਖ ਕੇ ਜਿਹੜੇ ਸਿੱਖ ਆ ਉਹ ਦਾੜ੍ਹੀਆਂ ਕਟਾ ਵੀ ਸਕਦੇ ਆ ਜੀ, ਕਿਉਂਕਿ ਕਈ ਕੱਚੇ ਪਿੱਲੇ ਹੁੰਦੇ, ਉਹਨਾਂ ਦੀ ਗੱਲ ਕੀਤੀ ਉਹਨਾਂ ਨੇ ਬਿਲਕੁਲ ਜੀ। ਅਤੇ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਗੱਲਾਂ 'ਤੇ ਵੀ ਫੁੱਲ ਚਾੜੇ, ਜਿਹੜਾ ਜਨਰਲ ਬੰਤੂਰਾ ਸੀ ਨਾ ਜੀ, ਉਹਨੇ ਉਹਦੀ ਜਿਹੜੀ ਪੁਰਾਣੀ ਫੋਟੋ ਵੀ ਆਪਾਂ ਦੇਖੀਏ ਕਈ ਜਗ੍ਹਾ ਛਪੀ ਹੋਈ ਆ, ਅਤੇ ਉਹਦੇ ਦਾੜਾ ਹੈਗਾ ਅਤੇ ਸਿਰ ਦੇ ਉੱਤੇ ਹੈਟ ਲਈ ਹੋਈ ਆ ਜੀ ਜੀ ਜੀ। ਔਰ ਉਹਦੇ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਇੱਕ ਕਿਲ੍ਹਾ ਸੀ ਜੀ, ਔਰ ਇੱਧਰ ਪਸ਼ਾਰਪੁਰ ਵਾਲੇ ਇਲਾਕੇ ਦੀ ਗੱਲ ਕਰੀਏ ਕਾਬਲ ਕੰਧਾਰ ਤੱਕ ਉਦੋਂ ਸਿੱਖ ਧਰਮ ਦਾ ਰਾਜ ਚੱਲਦਾ ਸੀ ਜੀ ਜੀ ਜੀ। ਉੱਥੋਂ ਕਹਿੰਦੇ ਕੁਝ ਕੁ ਰਾਜਿਆਂ ਨੇ ਜਿਹੜਾ ਹੈਗਾ ਉਹ ਇਕੱਠੇ ਹੋ ਕੇ ਜਿਹੜੇ ਮੁਗਲ ਆਪਾਂ ਕਹਿ ਲਈਏ ਪਠਾਨ ਜੀ, ਅੱਜ ਵੀ ਜੇ ਬਾਰਡਰ ਲੈਵਲ 'ਤੇ ਦੇਖੀਏ ਤਾਂ ਉਹਨਾਂ ਦੀ ਉਹ ਹੀ ਹਾਲਾਤ ਆ। ਹਾਂਜੀ ਹਾਂਜੀ, ਉਹ ਕਿਸੇ ਦੇ ਅਧੀਨ ਨਹੀਂ ਰਹਿਣਾ ਚਾਹੁੰਦੇ, ਆਪਣਾ ਰਾਜ ਨਹੀਂ ਕਾਇਮ ਕਰ ਸਕਦੇ, ਲੜਾਕੇ ਆ ਜੀ। ਇਹ ਜਦੋਂ ਫਿਰ ਉੱਥੇ ਕਹਿੰਦੇ ਇਕੱਠੇ ਕੀਤੇ, ਉਹਦੇ ਬਾਬਤ ਜਿਹੜਾ ਹੈਗਾ ਕੀ ਤੁਸੀਂ ਇਹਦੇ 'ਤੇ ਥੋੜ੍ਹਾ ਜਿਹਾ ਇਤਿਹਾਸ 'ਤੇ ਚਾਨਣਾ ਪਾਓ। 1823 ਦੀ ਗੱਲ ਆ ਜੀ, 1823 ਦੇ ਵਿੱਚ ਅਮੀਰ ਅਜੀਮ ਖਾਨ ਨੇ ਕਾਬਲ ਦੇ ਵਿੱਚ ਇੱਕ ਕਾਨਫਰੰਸ ਕੀਤੀ, ਕਾਨਫਰੰਸ ਕਰਕੇ ਅਤੇ ਉਹਨੇ ਪਠਾਣਾਂ ਨੂੰ ਆਖਿਆ ਵੀ ਮੁੱਠੀ ਭਰ ਸਿੱਖ ਆ, ਉਹਨੇ ਆਖਿਆ ਪਠਾਣਾਂ ਦੇ ਪੁੱਤਰੋ ਤੁਹਾਡੇ 200-400 ਵੱਡੇ ਵਡੇਰੇ ਚੜ੍ਹ ਕੇ ਜਾਂਦੇ ਸੀ, ਪੰਜਾਬ ਦੇ ਮੰਦਰ ਢਾਹ ਕੇ ਮੂਰਤੀਆਂ ਤੋੜ ਕੇ ਦੌਲਤ ਲੁੱਟ ਕੇ ਲੈ ਆਉਂਦੇ ਸੀ, ਪਰ ਅੱਜ ਕੀ ਹੋ ਗਿਆ, ਅੱਜ 4 ਮੁੱਠੀ ਭਰ ਸਿੱਖ ਨੇ ਕੇਸਰੀ ਝੰਡਾ ਚਲਾ ਰਹੇ ਨੇ। ਉਹਨੇ ਉਹਨਾਂ ਦੀ ਅਣਖ ਨੂੰ ਹਲੂਣਾ ਦਿੱਤਾ, ਅਣਖ ਨੂੰ ਹਲੂਣਾ ਜਦੋਂ ਆਇਆ ਉਹਨੇ ਆਖਿਆ ਤੁਹਾਡੀਆਂ ਤਲਵਾਰਾਂ ਨੂੰ ਜੰਗ ਲੱਗ ਗਏ ਆ। ਜਦੋਂ ਅਮੀਰ ਅਜੀਮ ਖਾਨ ਨੇ ਇਹ ਗੱਲਾਂ ਪਠਾਣਾਂ ਨੂੰ ਆਖੀਆਂ ਅਤੇ ਉਹਦੀ ਜਸ਼ੀਲੀ ਤਕਰੀਰ ਸੁਣ ਕੇ 45,000 ਪਠਾਨ ਚੜ੍ਹਿਆ, 45,000 ਪਠਾਨ ਚੜ੍ਹਿਆ, ਉਹਨਾਂ ਨੇ ਪਿਸ਼ੌਰ ਉੱਪਰ ਕਬਜ਼ਾ ਕਰ ਲਿਆ। ਠੀਕ ਹੈ, ਪਿਸ਼ੌਰ ਦੇ ਵਿੱਚ ਜਿਵੇਂ ਜੇ ਆਪਾਂ ਪਿਛੋਕੜ ਦੇਖੀਏ ਤਾਂ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ ਬਹੁਤ ਮੱਲਾਂ ਮਾਰੀਆਂ ਸੀ। ਜੇ ਆਪਾਂ ਪਿੱਛੇ ਤੋਂ ਚੱਲੀਏ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਤੋਂ ਲੈ ਕੇ ਅਤੇ 18 ਸਾਲ ਦੀ ਉਮਰ ਦੇ ਵਿੱਚ 18-19 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਅੰਮ੍ਰਿਤਸਰ ਫਤਿਹ ਕਰ ਲਿਆ ਸੀਗਾ। ਅੰਮ੍ਰਿਤਸਰ ਤੋਂ ਬਾਅਦ ਇਹਨਾਂ ਨੇ ਕਈ ਇਲਾਕੇ ਫਤਿਹ ਕੀਤੇ, ਜਿੱਦਾਂ ਸ਼ਾਮ ਸਿੰਘ ਅਟਾਰੀ ਨੇ, ਜਿਵੇਂ ਜਿਹੜਾ ਸ਼ਾਮ ਸਿੰਘ ਜੀ ਅਟਾਰੀ ਸਨ, ਉਹਨਾਂ ਨੇ ਯਾਰ ਮੁਹੰਮਦ ਖਾਂ ਜੀ, ਯਾਰ ਮੁਹੰਮਦ ਖਾਂ ਨੂੰ ਫਤਿਹ ਕੀਤਾ ਜੀ। ਔਰ ਯਾਰ ਮੁਹੰਮਦ ਖਾਂ ਸੀ ਜਿਹੜਾ, ਜਦੋਂ ਉਹਨੂੰ ਫਤਿਹ ਕੀਤਾ ਉਸ ਨੇ ਆਖਿਆ ਵੀ ਮੇਰਾ ਜਿਹੜਾ ਰਾਜ ਭਾਗ ਹੈ ਮੇਰੇ ਕੋਲ ਕਾਇਮ ਰਹਿਣ ਦਿਓ, ਇਸ ਦੀ ਖਾਤਰ ਮੈਂ ਤੁਹਾਨੂੰ ਹਰਜਾਨਾ ਭਰੂੰਗਾ। ਜਿੱਦਾਂ ਉਹਨੇ ਗਵਰਨਰ ਫਿਰ ਉਹਨੂੰ ਜਿੱਦਾਂ ਥਾਪ ਦਿੱਤਾ ਵੀ ਉਹਨੇ ਕਿਹਾ ਵੀ ਮੈਂ ਤੁਹਾਨੂੰ ਘੋੜੇ ਵੀ ਦਊਂਗਾ, ਮੈਂ ਤੁਹਾਨੂੰ ਸਾਲ ਬਾਅਦ ਟੈਕਸ ਵੀ ਦਊਂਗਾ ਜੀ ਜੀ। ਉਹਦੇ ਤੋਂ ਬਾਅਦ ਫਿਰ ਜਦੋਂ ਪਿਸ਼ਾਵਰ ਇਹ ਇਕੱਠੇ ਹੁੰਦੇ ਆ ਹਾਂਜੀ ਅਜੀਮ ਖਾਂ ਦੇ ਨਾਲ ਜੀ, ਉਹਦੇ ਤੋਂ ਗਾਂਹ ਫਿਰ ਉਹ ਰਾਜਾ ਆ ਉਹ ਸੁਣਨ 'ਚ ਆਇਆ ਕਹਿੰਦੇ ਉਹ ਛੱਡ ਕੇ ਦੂਸਰੀ ਜਗ੍ਹਾ ਜੰਗਲਾਂ 'ਚ ਜਾ ਕੇ ਲੁੱਕ ਗਿਆ ਅਤੇ ਇਹਨਾਂ ਨੂੰ ਖਾਲੀ ਪਿਆ ਨੂੰ ਰਾਜ ਭਾਗੋ ਮਿਲ ਗਿਆ। ਬਿਲਕੁਲ ਜੀ ਬਿਲਕੁਲ। ਉਹਦੇ ਤੋਂ ਬਾਅਦ ਇਹ ਖੁਸ਼ੀ ਬੜੀ ਮਨਾਈ ਪਈ, ਅਸੀਂ ਇਹ ਜਿਹੜਾ ਅਸੀਂ ਜਿੱਤ ਫਤਿਹ ਕਰ ਲਈ ਆ, ਜਿੱਤ ਫਤਿਹ ਕਰ ਲਈ ਹਾਂਜੀ। ਉਹਦੇ ਤੋਂ ਗਾਂਹ ਫਿਰ ਅੱਗੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਜਿੱਤ ਦਾ ਫਿਰ ਕਿਵੇਂ ਪਤਾ ਲੱਗਾ? ਫਿਰ ਜਦੋਂ ਇਹਨਾਂ ਨੇ ਪਿਸ਼ੌਰ ਦੇ ਉੱਪਰ ਕਬਜ਼ਾ ਕਰ ਲਿਆ ਅਮੀਰ ਅਜੀਮ ਖਾਂ ਦੀਆਂ ਫੌਜਾਂ ਨੇ, ਫਿਰ ਇੱਕ ਸੂਹੇ ਨੇ ਆ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਦੱਸਿਆ ਲਾਹੌਰ ਦੇ ਵਿੱਚ ਕਿ ਅਮੀਰ ਅਜੀਮ ਖਾਂ ਦੀਆਂ ਫੌਜਾਂ ਪਿਸ਼ੌਰ ਦੇ ਉੱਪਰ ਕਾਬਜ ਹੋ ਚੁੱਕੀਆਂ ਨੇ ਜੀ। ਫਿਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੁੱਤਰ ਸ਼ੇਰ ਸਿੰਘ ਔਰ ਸਰਦਾਰ ਹਰੀ ਸਿੰਘ ਨਲੂਆ, ਜਿਹੜਾ ਕੌਮ ਦਾ ਜਰਨੈਲ ਸੀ ਸਰਦਾਰ ਹਰੀ ਸਿੰਘ ਨਲੂਆ ਔਰ ਦੀਵਾਨ ਕਿਰਪਾ ਰਾਮ, ਇਹਨਾਂ ਨੂੰ ਹੁਕਮ ਕਹਿ ਲਓ ਜਾਂ
ਇਹਨਾਂ ਨੂੰ ਆਦੇਸ਼ ਦਿੱਤਾ ਕਿ ਫੌਜ ਲੈ ਕੇ ਚੜ੍ਹਾਈ ਕਰੋ ਅਤੇ 5,000 ਫੌਜ ਲੈ ਕੇ ਦੀਵਾਨ ਕਿਰਪਾ ਰਾਮ, ਸ਼ਹਿਜ਼ਾਦਾ ਸ਼ੇਰ ਸਿੰਘ ਔਰ ਸਰਦਾਰ ਹਰੀ ਸਿੰਘ ਨਲੂਆ ਇਹਨਾਂ ਨੇ ਪਿਸ਼ੌਰ ਉੱਪਰ ਚੜ੍ਹਾਈ ਕੀਤੀ। ਇਹ ਜਾਣੀ ਉੱਥੇ ਚੱਲ ਗਏ ਜੀ। ਜਾਣ ਤੋਂ ਬਾਅਦ ਜਿਹੜਾ ਅਟਕ ਦਰਿਆ ਦੀ ਇੱਕ ਬੜੀ ਸਾਖੀ ਮਸ਼ਹੂਰ ਜੇ ਜੀ 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 ਕਿ ਅਟਕ ਦਰਿਆ ਨੂੰ ਜਿਹੜਾ ਇਹਨਾਂ ਨੇ ਪਾਰ ਕੀਤਾ ਇਹਨਾਂ ਦੇ ਲਗਤੇ ਜਿਗਰ ਅਤੇ ਬਾਬਾ ਹਰੀ ਸਿੰਘ ਜੀ ਨਰੂਆ ਪੰਥ ਦੇ ਮਹਾਨ ਯੋਧੇ ਜਿਹਨਾਂ ਦੀ ਪੰਥ ਨੂੰ ਬਹੁਤ ਵੱਡੀ ਦੇਣ ਜੇ ਜੀ 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 ਉਹ ਕਹਿੰਦੇ ਉੱਪਰ ਬੇੜੀਆਂ ਦਾ ਪੁਲ ਬਣਾ ਕੇ ਫਿਰ ਕਿਲੇ ਦੇ ਵਿੱਚ ਚੱਲ ਗਏ। ਜਿਹੜੇ ਉੱਥੇ ਸਿੰਘ ਰਹਿੰਦੇ ਸੀ ਥੋੜ੍ਹੇ ਜਿਹਾ ਉਹਨਾਂ ਦੇ ਨਾਲ ਵੀ ਜਿਹੜੀ ਇਹਨਾਂ ਦੀ ਜਾ ਕੇ ਗੱਲਬਾਤ ਹੋਈ ਅਤੇ ਇਹਨਾਂ ਨੇ ਫਿਰ ਮੋਰਚੇ ਨੂੰ ਸਾਹਮਣਾ ਕੀਤਾ। ਹਾਂਜੀ ਹਾਂਜੀ ਕਿ ਜਿਹੜੀ ਪਿੱਛੇ ਫੌਜ ਸੀਗੀ ਜੀ ਉਹ ਫਿਰ ਦੁਬਾਰਾ ਚੜ੍ਹੀ ਜਾਂ ਨਹੀਂ ਚੜ੍ਹੀ? ਜਦੋਂ ਇਹਨਾਂ ਨੇ ਅਟਕ ਦਰਿਆ ਪਾਰ ਕੀਤਾ, ਅਟਕ ਦਰਿਆ ਪਾਰ ਕੇ ਛੋਟਾ ਜਿਹਾ ਦਰਿਆ ਆਉਂਦਾ ਉਹਨੂੰ ਲੰਡਾ ਦਰਿਆ ਕਹਿੰਦੇ ਆ, ਲੰਡਾ ਦਰਿਆ ਪਾਰ ਕਰਕੇ ਇਹਨਾਂ ਨੇ ਜਹਾਂਗੀਰੇ ਦਾ ਇੱਕ ਕਿਲਾ ਵੱਜਦਾ, ਜਹਾਂਗੀਰੇ ਦੇ ਕਿਲੇ ਉੱਪਰ ਕਾਬਜ ਹੋ ਗਏ ਸ਼ਹਿਜ਼ਾਦਾ ਸ਼ੇਰ ਸਿੰਘ ਔਰ ਸਰਦਾਰ ਹਰੀ ਸਿੰਘ ਨਲੂਆ। ਉੱਧਰ ਜਦੋਂ ਇਹ ਜਹਾਂਗੀਰੇ ਦੇ ਕਿਲੇ ਉੱਪਰ ਕਾਬਜ ਹੋ ਗਏ ਔਰ ਜਿਹੜਾ ਜਵਾਰ ਖਾਂ ਸੀ ਇਹਦਾ ਅਜੀਮ ਖਾਂ ਦਾ ਭਰਾ ਉਹ ਤੋਪਾਂ ਲੈ ਕੇ ਲੰਡੇ ਦਰਿਆ ਦਾ ਜਿਹੜੀ ਪਹਾੜੀ ਸੀ ਉਹਦੇ ਉੱਪਰ ਬੈਠਾ ਸੀਗਾ। ਇਹ ਜਿਹੜਾ ਲੰਡਾ ਦਰਿਆ ਤੇ ਦੂਸਰਾ, ਮੈਂ ਸਿੱਖ ਸੰਗਤ ਨੂੰ ਦੱਸਦਾ ਜਾਵਾਂ, ਇਹ ਦੋਨੇ ਤਕਰੀਬਨ ਬਰੋ ਬਰਾਬਰ ਆ, ਬਾਹਲਾ ਡਿਫਰੈਂਸ ਨਹੀਂ ਜੀ ਜੀ। ਇਹ ਦੋਨੇ ਤਕਰੀਬਨ ਇਕੱਠੇ ਜਿਹੜੇ ਵਗਦੇ ਆ, ਉਹ ਅੱਜ ਤਾਂ ਲੰਡਾ ਦਰਿਆ ਜਿਹੜਾ ਉਹ ਨਾਲਾ ਜਿਹਾ ਰਹਿ ਗਿਆ। ਹਾਂਜੀ ਤੇ ਇਹ ਇਹਦੇ ਤੇ ਫਿਰ ਉਹ ਤੋਪਾਂ ਲੈ ਕੇ ਆਏ। ਫਿਰ ਕਹਿੰਦੇ ਸ਼ੇਰ ਖਾਂ ਜਿਹੜਾ ਸ਼ੇਰ ਸਿੰਘ ਸੀ ਜੀ ਇਹਨਾਂ ਦਾ ਸਪੁੱਤਰ ਤੇ ਨਾਲ ਹਰੀ ਸਿੰਘ ਨਲੂਆ ਜੀ ਔਰ ਕਿਰਪਾ ਰਾਮ ਜੀ ਜਿਹੜੇ ਸੀਗੇ ਇਹਨਾਂ ਨੇ ਰਲ ਮਿਲ ਕੇ ਦੀਵਾਨ ਦੀ ਉਪਾਧੀ ਸੀ। ਇਹਨਾਂ ਨੇ ਫਿਰ ਬਾਅਦ ਚ ਕਹਿੰਦੇ ਹਰੀ ਸਿੰਘ ਨਲੂਏ ਨੇ ਆਖਿਆ ਵੀ ਜਾਓ ਪਿੱਛੇ ਤੋਂ ਜਾ ਕੇ ਹੋਰ ਮਦਦ ਮੰਗਾਓ। ਮਦਦ ਬਿਲਕੁਲ ਬਿਲਕੁਲ ਜੀ। ਜਦੋਂ ਜਹਾਂਗੀਰੇ ਦੇ ਕਿਲੇ ਦੇ ਵਿੱਚ ਇਹ ਵੜ ਗਏ, ਇਹਨਾਂ ਨੇ ਕਬਜ਼ਾ ਕਰ ਲਿਆ, ਫਿਰ ਜਿਹੜੀਆਂ ਜਵਾਰ ਖਾਂ ਦੀਆਂ ਫੌਜਾਂ ਸੀ ਇਹਨਾਂ ਨੇ ਫੌਜਾਂ ਨੇ ਅਤੇ ਦੂਜੀਆਂ ਅਜੀਮ ਖਾਂ ਦੀਆਂ ਫੌਜਾਂ ਨੇ ਜਹਾਂਗੀਰੇ ਦੇ ਕਿਲੇ ਨੂੰ ਆਸੇ ਪਾਸਿਓਂ ਘੇਰਾ ਪਾ ਲਿਆ। ਜਦੋਂ ਇਹਨਾਂ ਨੇ ਦੇਖਿਆ ਕਿ ਕੋਈ ਚਾਰਾ ਨਹੀਂ ਚੱਲ ਰਿਹਾ, ਫਿਰ ਇਹਨਾਂ ਨੇ ਸੁਨੇਹਾ ਭੇਜਿਆ ਸਿੱਖ ਦੇ ਹੱਥ ਮਹਾਰਾਜਾ ਰਣਜੀਤ ਸਿੰਘ ਦੇ ਕੋਲ। ਫਿਰ ਉਹ ਸਿੱਖ ਆ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਦੱਸਦਾ ਕਿ ਜਹਾਂਗੀਰੇ ਦੇ ਕਿਲੇ ਦੇ ਵਿੱਚ ਘੇਰਾ ਪੈ ਚੁੱਕਾ ਆ, ਸ਼ਹਿਜ਼ਾਦਾ ਸ਼ੇਰ ਸਿੰਘ ਅਤੇ ਸਰਦਾਰ ਹਰੀ ਸਿੰਘ ਨਲੂਆ ਔਰ ਦੀਵਾਨ ਕਿਰਪਾ ਰਾਮ ਨੂੰ। ਫਿਰ ਮਹਾਰਾਜਾ ਰਣਜੀਤ ਸਿੰਘ, ਅਕਾਲੀ ਫੂਲਾ ਸਿੰਘ ਜੀ, ਧੰਨਾ ਸਿੰਘ ਮਲਵਈ, ਸ਼ਾਮ ਸਿੰਘ ਜੀ ਅਟਾਰੀ ਔਰ ਜਿਹੜੇ ਸਿੱਖ ਕੁਛ ਜਥੇਦਾਰ ਸਨ ਫੌਜਾਂ ਲੈ ਕੇ ਫਿਰ ਇਹਨਾਂ ਨੇ ਚੜ੍ਹਾਈ ਕੀਤੀ ਔਰ ਨਾਲ ਜਨਰਲ ਬੰਤੂਰਾ ਜੀ, ਜਨਰਲ ਬੰਤੂਰਾ ਨੂੰ ਤੋਪਾਂ ਦੀ ਕਮਾਂਡ ਦਿੱਤੀ। ਜਨਰਲ ਬੰਤੂਰਾ ਤੋਪਾਂ ਦੀ ਕਮਾਂਡ ਲੈ ਕੇ ਔਰ ਅਕਾਲੀ ਫੂਲਾ ਸਿੰਘ ਔਰ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਦੇ ਹੇਠ ਇਹ ਅਟਕ ਦਰਿਆ 'ਤੇ ਪਹੁੰਚਦੇ ਆ ਜੀ। ਅਟਕ ਦਰਿਆ 'ਤੇ ਜਦੋਂ ਪਹੁੰਚਦੇ ਆ, ਇੱਕ ਗੱਲ ਬੜੀ ਸੁਣਨ ਚ ਆਈ ਜਿਵੇਂ ਤੁਸੀਂ ਢਾਡੀ ਪ੍ਰਚਾਰ ਜੀ 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 ਉੱਥੇ ਕਹਿੰਦੇ ਅਟਕ ਦਰਿਆ ਦੇ ਨਾਲ ਕਿਸੇ ਕਵੀ ਨੇ ਵੀ ਬੜੀਆਂ ਵਧੀਆ ਸਤਰਾਂ ਜਿਹੜੀਆਂ ਲਿਖੀਆਂ, ਮੇਰੇ ਹਿਸਾਬ ਨਾਲ ਤੁਸੀਂ ਢਾਡੀ ਜੇ ਤੁਹਾਨੂੰ ਯਾਦ ਹੋਣੀਆਂ ਵੀ ਅਟਕ ਦਰਿਆ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਕਿਵੇਂ ਗੱਲਬਾਤ ਕੀਤੀ, ਉਹ ਥੋੜ੍ਹਾ ਜਿਹਾ ਉਹ ਇੱਦਾਂ ਜੀ ਜਿਵੇਂ ਕਵੀ ਦਾ ਇੱਕ ਤਸੱਬਰ ਆ, ਕਵੀ ਦੀ ਉਡਾਰੀ ਆ, ਸ਼ਾਇਰ ਦੀ ਉਡਾਰੀ ਆ ਜੀ। ਸ਼ਾਇਰ ਨੇ ਸ਼ਾਇਰ ਦਾ ਇੱਕ ਕਹਿ ਲਓ ਕਿ ਸ਼ਾਇਰ ਦੀ ਉਡਾਰੀ ਆ, ਤਸੱਬਰ ਆ, ਉਹਨੇ ਮਹਾਰਾਜਾ ਰਣਜੀਤ ਸਿੰਘ ਔਰ ਅਟਕ ਦਰਿਆ ਦੀਆਂ ਆਪਸ 'ਚ ਗੱਲਾਂ ਕਰਵਾਈਆਂ, ਜਿਵੇਂ ਸਾਡੇ ਸਤਿਕਾਰਯੋਗ ਗੁਰਪਿਆਰੀ ਪਿਆਨਾ ਕਰ ਗਏ ਨੇ ਸਵਰਗਵਾਸੀ ਬਾਪੂ ਦਇਆ ਸਿੰਘ ਜੀ ਦਿਲਬਰ, ਉਹ ਆਖਦੇ ਹੁੰਦੇ ਸੀ ਕਹਿੰਦੇ ਅਟਕ ਦਰਿਆ ਔਰ ਮਹਾਰਾਜਾ ਰਣਜੀਤ ਸਿੰਘ ਦੀ ਇਹ ਗੱਲਬਾਤ ਹੋਈ, ਇੱਕ ਸ਼ਾਇਰ ਦੀ ਉਡਾਰੀ ਹੈ। ਜਦੋਂ ਅਟਕ ਦਰਿਆ ਨੇ ਕਿਹਾ ਕਿ ਮੈਂ ਕੋਈ ਇਹੋ ਜਿਹਾ ਨਹੀਂ ਗਾ ਕਿ ਜਿਹੜਾ ਵੀ ਮਰਜ਼ੀ ਮੇਰੇ ਪਾਣੀ ਦੇ ਉੱਪਰ ਦੀ ਕਿਸ਼ਤੀਆਂ ਦੀ ਥਾਣੀ ਲੰਘ ਜਾਵੇ ਜਾਂ ਜਿਹੜਾ ਮੈਨੂੰ ਮਰਜ਼ੀ ਪਾਰ ਕਰ ਜਾਵੇ, ਮੈਂ ਅਟਕ ਹਾਂ। ਔਰ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਕਿ ਤੂੰ ਸਤਲੁਜ ਨਹੀਂ, ਤੂੰ ਚਨਾਹ ਨਹੀਂ, ਤੂੰ ਅਟਕਿਆ ਤੇ ਮੈਂ ਮਹਾਰਾਜਾ ਰਣਜੀਤ ਸਿੰਘ ਆ। ਔਰ ਮਹਾਰਾਜਾ ਰਣਜੀਤ ਸਿੰਘ ਨੇ ਉਹਨੂੰ ਆਖਿਆ ਅਟਕਾ ਅਟਕ ਜਾ, ਥੋੜ੍ਹੀ ਜਿਹੀ ਗੱਲ ਬਦਲੇ, ਐਵੇਂ ਮੂਰਖਾ ਵਾਧਾ ਵਧਾਈ ਦਾ ਨਹੀਂ, ਐਵੇਂ ਭੋਲਿਆ ਮਾਣ ਦੇ ਵਿੱਚ ਆ ਕੇ ਤੇ ਭੰਗ ਕਿਸੇ ਦੇ ਰੰਗ ਵਿੱਚ ਪਾਈ ਦਾ ਨਹੀਂ। ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹ ਗੱਲ ਆਖੀ, ਪਰ ਜਦੋਂ ਫਿਰ ਇਹਨਾਂ ਨੇ ਅਟਕ ਦਰਿਆ ਨੂੰ ਪਾਰ ਕੀਤਾ, ਇਤਿਹਾਸ ਮੁਤਾਬਕ ਜਿਹੜਾ ਇਤਿਹਾਸਕਾਰ ਲਿਖਦੇ ਨੇ, ਅਜੀਜੋ ਦੀਨ ਖਾਰਜਾ ਉਸ ਸਮੇਂ ਦਾ ਜਿਹੜਾ ਇਹਨਾਂ ਦੇ ਨਾਲ ਸੀ, ਕਹਿ ਲਓ ਫੋਰਨ ਮਿਨਿਸਟਰ ਕਿਹਾ ਜਾਂਦਾ ਸੀ, ਅਜੀਜੋ ਦੀਨ ਖਾਰਜਾ ਉਸ ਵਕਤ ਨਾਲ ਸੀ, ਉਸ ਨੇ ਆਪਣੀ ਡਾਇਰੀ ਦੇ ਵਿੱਚ ਲਿਖਿਆ ਕਿ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਔਰ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਅਰਦਾਸ ਕੀਤੀ
ਅਰਦਾਸ ਕੀਤੀ ਤੇ ਅਟਕ ਦਰਿਆ ਦਾ ਪਾਣੀ ਸ਼ਾਂਤ ਹੋ ਗਿਆ ਜੀ। ਸ਼ਾਂਤ ਹੋ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਸਭ ਤੋਂ ਪਹਿਲਾਂ ਆਪਣਾ ਘੋੜਾ ਠੇਲਿਆ। ਦੇਖੋ ਜੀ, ਮੈਂ ਸਿੱਖ ਕੌਮ ਨੂੰ ਇੱਕ ਦੱਸਦਾ ਜਾਵਾਂ ਕਿ ਜਿਸ ਕੌਮ ਦੇ ਜਰਨੈਲ ਖੁਦ ਅੱਗੇ ਹੋ ਕੇ ਕਮਾਂਡ ਕਰਨ, ਉਹ ਕੌਮ ਕਦੇ ਵੀ ਮਰ ਨਹੀਂ ਸਕਦੀ। ਬਿਲਕੁਲ, ਮਹਾਰਾਜਾ ਰਣਜੀਤ ਸਿੰਘ ਦਾ ਮੈਂ ਇਤਿਹਾਸ ਪੜ੍ਹਦਾ ਸੀ, ਮਹਾਰਾਜਾ ਰਣਜੀਤ ਸਿੰਘ ਕਹਿੰਦੇ ਅਟਕ ਦਰਿਆ ਦੇ ਗੱਭੇ ਪਹਿਲਾਂ ਆਪਣਾ ਘੋੜਾ ਠੇਲਿਆ, ਪਹਿਲਾਂ ਆਪਣਾ ਘੋੜਾ ਠੇਲਿਆ ਔਰ ਅਟਕ ਦਰਿਆ ਦੇ ਵਿਚਕਾਰ ਜਾ ਕੇ ਘੋੜੇ ਦਾ ਮੂੰਹ ਘੁਮਾ ਲਿਆ ਫੌਜ ਵੱਲ ਨੂੰ। ਘੋੜੇ ਦਾ ਮੂੰਹ ਫੌਜ ਵੱਲ ਨੂੰ ਘੁਮਾ ਕੇ ਤੇ ਫੌਜ ਨੂੰ ਹੁਕਮ ਦਿੱਤਾ ਵੀ ਦਰਿਆ ਪਾਰ ਕਰ ਜਾਓ। ਘੋੜੇ ਨੂੰ ਆਖਿਆ ਜਿੰਨਾ ਚਿਰ ਫੌਜ ਨਹੀਂ ਪਾਰ ਕਰਦੀ ਉਨਾ ਚਿਰ ਨਹੀਂ ਪਾਰ ਕਰਨਾ। ਜਦੋਂ ਸਾਰੀ ਫੌਜ ਪਾਰ ਹੋ ਗਈ, ਅਜੀਜੋ ਦਿਨ ਖਾਰਜਾ ਲਿਖਦਾ ਕਿ ਇੱਕ ਸਿੱਖ ਦੇ ਕੋਲ ਇੱਕ ਬੱਕਰਾ ਸੀ, ਉਹ ਬੱਕਰਾ ਹੀ ਦਰਿਆ ਪਾਰ ਕਰ ਗਿਆ। ਇਹ ਅਜੀਜੋ ਦਿਨ ਖਾਰਜਾ ਆਪਣੀ ਡਾਇਰੀ ਦੇ ਵਿੱਚ ਲਿਖਦਾ। ਔਰ ਜਦੋਂ ਸਾਰੀ ਫੌਜ ਨੇ ਦਰਿਆ ਪਾਰ ਕਰ ਲਿਆ, ਫਿਰ ਮਹਾਰਾਜਾ ਰਣਜੀਤ ਸਿੰਘ ਨੇ ਦਰਿਆ ਪਾਰ ਕੀਤਾ। ਦੇਖੋ ਜੀ, ਸਿੱਖ ਕੌਮ ਨੂੰ ਇਹ ਜਿਹੜੇ ਕੌਮ ਦੀ ਅਗਵਾਈ ਕਰਨ ਵਾਲੇ ਸੋਹਣੇ ਚੰਗੇ ਲੀਡਰ ਚਾਹੀਦੇ ਆ। ਔਰ ਉੱਥੇ ਅਟਕ ਦਰਿਆ ਤੋਂ ਗਾਂਹ ਜਦੋਂ ਜਾਂਦੇ ਆ, ਫਿਰ ਕਹਿੰਦੇ ਇੱਕ ਦਿਨ ਜਿੱਦਣ ਜੰਗ ਦਾ ਦਿਨ 14 ਤਰੀਕ ਆਉਂਦੀ ਆ ਜੀ ਜੀ, 14 ਤਰੀਕ ਵਾਲੇ ਦਿਨ ਇਹ ਬੈਠੇ ਆ ਅਤੇ ਸਵੇਰ ਦੇ ਸਮੇਂ 'ਤੇ ਮਹਾਰਾਜਾ ਰਣਜੀਤ ਸਿੰਘ ਵੀ ਬਹੁਤ ਵਧੀਆ ਜੀਵਨ ਵਾਲਾ ਸੀ ਜੀ, ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲੂਆ ਅਤੇ ਨਾਲ ਹੈ ਮਹਾਰਾਜਾ ਰਣਜੀਤ ਸਿੰਘ, ਇਹਨਾਂ ਨੇ ਗਲ ਦੇ ਵਿੱਚ 5 ਸਿੰਘ ਇਕੱਠੇ ਕਰਕੇ ਅਤੇ ਪੱਲੂ ਪਾ ਕੇ ਅਤੇ ਸਵੇਰੇ ਕਹਿੰਦੇ ਅਰਦਾਸਾ ਸੋਧਿਆ। ਬਿਲਕੁਲ ਜੀ, 5 ਬਾਣੀਆਂ ਦਾ ਨਿਤਨੇਮ ਹੀ ਅੰਮ੍ਰਿਤ ਵੇਲੇ ਦੀਆਂ 5 ਬਾਣੀਆਂ ਪੜ੍ਹਨ ਵਾਲਾ, ਚੰਡੀ ਦੀ ਵਾਰ ਪੜ੍ਹਨ ਵਾਲਾ, ਅਕਾਲ ਉਸਤਤ ਪੜ੍ਹਨ ਵਾਲਾ ਬਾਬਾ ਅਕਾਲੀ ਫੂਲਾ ਸਿੰਘ ਜੀ ਜੀ, ਪੰਥ ਦਾ ਮਹਾਨ ਜਰਨੈਲ, ਕਿਉਂਕਿ ਜਦੋਂ ਕੋਈ ਬੰਦਾ ਬਾਣੀ ਪੜ੍ਹਦਾ ਤਾਂ ਉਹ ਬਾਣੀ ਪੜ੍ਹ ਕੇ ਬਾਣੀ ਨੂੰ ਸੱਤ ਮੰਨਦਾ। ਬਿਲਕੁਲ ਜੀ ਬਿਲਕੁਲ। ਔਰ ਕਹਿੰਦੇ ਜਦੋਂ ਸਵੇਰੇ ਅਰਦਾਸਾ ਸੋਧਿਆ, ਅਰਦਾਸਾ ਸੋਧਣ ਤੋਂ ਬਾਅਦ ਜੀ ਮਹਾਰਾਜਾ ਰਣਜੀਤ ਸਿੰਘ ਐਨ ਤਿਆਰਪੁਰ ਤਿਆਰ ਹੋ ਕੇ, ਚਿੱਟੀ ਪੁਸ਼ਾਕ ਪਹਿਨ ਕੇ, ਚਿੱਟੀ ਪਗੜੀ ਪਹਿਨ ਕੇ, ਚਿੱਟੇ ਘੋੜੇ ਦੇ ਉੱਤੇ ਵਧੀਆ ਤਲਵਾਰ ਲੈ ਕੇ ਅਤੇ ਅਸਵਾਰ ਹੋਇਆ, ਦੂਸਰੇ ਘੋੜੇ ਦੇ ਉੱਤੇ ਅਕਾਲੀ ਫੂਲਾ ਸਿੰਘ ਸਾਹਿਬ ਜੀ, ਇਹ ਜਦੋਂ ਤੁਰੇ ਆ ਜੀ, ਇਕੱਠੇ ਹੀ ਤੁਰੇ ਅਤੇ ਅੱਗੇ ਜਾਣ ਲੱਗਿਆਂ ਮਹਾਰਾਜਾ ਰਣਜੀਤ ਸਿੰਘ ਨੇ ਕਹਿੰਦੇ ਅਕਾਲੀ ਫੂਲਾ ਸਿੰਘ ਦੇ ਨਾਲ ਇੱਕ ਗੱਲਬਾਤ ਕੀਤੀ। ਅਕਾਲੀ ਫੂਲਾ ਸਿੰਘ ਜੀ ਨੂੰ ਆਖਿਆ, ਜਥੇਦਾਰ ਜੀ, ਜਨਰਲ ਬੰਤੂਰਾ ਪਿੱਛੇ ਫੌਜਾਂ ਲੈ ਕੇ ਆ ਰਿਹਾ ਜੀ, ਸਾਨੂੰ ਇਸ ਵਕਤ ਪਠਾਣਾਂ ਦੇ ਨਾਲ ਜੰਗ ਕਰਨੀ ਮੁਨਾਸਿਬ ਨਹੀਂ ਜੀ, ਕਿਉਂਕਿ ਉਹਨਾਂ ਕੋਲ ਤੋਪਾਂ ਨੇ, ਉਹਨਾਂ ਕੋਲ ਰਾਈਫਲਾਂ ਨੇ ਅਤੇ ਸਾਡੇ ਕੋਲ ਉਹ ਹਥਿਆਰ ਨਹੀਂ ਕਿ ਅਸੀਂ ਉਹਨਾਂ ਦਾ ਮੁਕਾਬਲਾ ਕਰ ਸਕੀਏ। ਜਨਰਲ ਬੰਤੂਰਾ ਫੌਜਾਂ ਲੈ ਕੇ ਆ ਰਿਹਾ, ਪਿੱਛੇ ਤੋਪਾਂ ਲੈ ਕੇ ਆ ਰਿਹਾ, ਸਾਨੂੰ ਉਹਨਾਂ ਦੀ ਵੇਟ ਕਰ ਲੈਣੀ ਚਾਹੀਦੀ, ਇੰਤਜ਼ਾਰ ਕਰ ਲੈਣਾ ਚਾਹੀਦਾ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਇਸ ਗੱਲ ਨੂੰ ਜਾਣਦਾ ਸੀ ਕਿ 5 ਫੁੱਟ ਦੀ ਨਾਲੀ ਜਾਂ 6 ਫੁੱਟ ਦੀ ਨਾਲੀ ਜਿਸ ਰਫਲ ਨੂੰ ਉਸ ਸਮੇਂ ਲੱਗਦੀ ਸੀ ਜੀ, ਉਹਦੇ ਅੰਦਰ ਦੱਸਣ ਮੁਤਾਬਕ ਇੱਕ ਸ਼ਟਾਂਕ ਦੀ ਗੋਲੀ ਪੈਂਦੀ ਸੀ, ਜਿਹੜੀ ਗੋਲੀ ਅੱਗਿਓਂ ਵੱਜਦੀ ਸੀ ਅਤੇ ਪਿੱਛੇ ਐਨ ਪੂਰੇ ਚੰਗੀ ਤਰ੍ਹਾਂ ਖੋਲ੍ਹ ਦਿੰਦੀ ਸੀ ਜੀ ਜੀ ਜੀ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਜਨਰਲ ਬੰਤੂਰੇ ਦੇ ਨਾਲ ਬਹੁਤ ਸਾਰੀ ਡਿਸਕਸ਼ਨ ਇਸ ਅਸਲੇ ਬਾਬਤ ਕੀਤੀ ਹੋਈ ਸੀ, ਕਿਉਂਕਿ ਜੰਗ ਯੁੱਧ ਜਿਹੜੇ ਸੀ ਸਾਡੇ ਪਾਸ ਜਿਹੜੀ ਲੜਾਈ ਕਰਦਾ ਸਾਧਨ ਸੀ ਉਹ ਸੀ ਤਲਵਾਰਾਂ, ਤੀਰ, ਨੇਜੇ, ਬਰਛੇ, ਇਹਨਾਂ ਦੇ ਨਾਲ ਲੜਨਾ ਜੀ ਜੀ, ਇਹ ਜਿਹੜੀ ਨਵੀਂ ਤਕਨੀਕ ਸੀ ਇਹ ਸੀ ਅੰਗਰੇਜ਼ਾਂ ਦੀ ਜੀ ਜੀ, ਅਤੇ ਉਹ ਇਹ ਗੱਲ ਜਾਣਦਾ ਸੀ ਕਿ ਇਹਨਾਂ ਦੀ ਮਾਰ ਬਹੁਤ ਆ, ਕਿਉਂਕਿ ਅਕਾਲੀ ਫੂਲਾ ਸਿੰਘ ਦਾ ਜਦੋਂ ਜੰਗ ਮੈਦਾਨ ਦੇ ਵਿੱਚ ਗਿਆ, ਮਹਾਰਾਜਾ ਰਣਜੀਤ ਸਿੰਘ ਦੀ ਜਦੋਂ ਗੱਲ ਹੋਈ ਉਹਨੇ ਕਿਹਾ ਮੈਂ ਅਰਦਾਸਾ ਸੋਧਤਾ, ਪਰ ਬਾਬਾ ਜੀ ਨੇ ਇਹ ਗੱਲ ਆਖੀ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੇ ਕਿ ਮਹਾਰਾਜਾ ਜੀ ਤੁਹਾਨੂੰ ਆਪਣੀਆਂ ਫੌਜਾਂ 'ਤੇ ਮਾਣ ਹੋਵੇਗਾ ਜਾਂ ਤੋਪਾਂ 'ਤੇ ਮਾਣ ਹੋਵੇਗਾ, ਪਰ ਮੈਨੂੰ ਕਲਗੀਆਂ ਵਾਲੇ ਪਾਤਸ਼ਾਹ 'ਤੇ ਮਾਣ ਹੈ ਜੀ, ਮੈਂ ਉਸ ਦਸ਼ਮੇਸ਼ ਪਿਤਾ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਕਰ ਲਈ ਹੈ, ਹੁਣ ਮੇਰਾ ਆਖਾ ਕਲਗੀਆਂ ਵਾਲਾ ਹੈ ਜੀ, ਤੁਹਾਨੂੰ ਤੋਪਾਂ 'ਤੇ ਮਾਣ ਹੋਵੇਗਾ, ਰਫਲਾਂ 'ਤੇ ਮਾਣ ਹੋਵੇਗਾ, ਪਰ ਮੈਨੂੰ ਆਪਣੇ ਕਲਗੀਆਂ ਵਾਲੇ ਪਾਤਸ਼ਾਹ 'ਤੇ ਮਾਣ, ਮੈਂ ਅਰਦਾਸਾ ਸੋਧ ਲਿਆ, ਹੁਣ ਅਸੀਂ ਪਿੱਛੇ ਨਹੀਂ ਹਟ ਸਕਦੇ। ਫਿਰ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਕਮਾਂਡ ਸਾਂਭੀ ਔਰ ਜੰਗ ਦੇ ਵਿੱਚ ਜੂਝੇ ਜੀ, ਜੰਗ ਦੇ ਵਿੱਚ ਜੂਝੇ, ਗਹਿ ਗੱਚ ਜੰਗ ਹੋਇਆ ਜਿਹਦੇ ਵਿੱਚ ਹਜ਼ਾਰਾਂ ਪਠਾਣ ਕੇਲਿਆਂ ਦੀ ਤਰ੍ਹਾਂ ਵੱਡ ਵੱਡ ਸੁੱਟ ਦਿੱਤੇ ਇਹਨਾਂ ਨੇ ਜੀ, ਬਹੁਤ ਗਹਿ ਗੱਚ ਜੰਗ ਹੋਇਆ ਜੀ। ਗਹਿ ਗੱਚ ਜੰਗ ਹੋਣ ਤੋਂ ਬਾਅਦ ਫਿਰ ਜੰਗ ਹੁੰਦਿਆਂ ਹੁੰਦਿਆਂ ਕੁਛ ਲੁਕੇ ਹੋਏ ਪਠਾਣਾਂ ਨੇ ਅਕਾਲੀ ਫੂਲਾ ਸਿੰਘ 'ਤੇ ਲੁਕ ਕੇ ਉਸ ਰਾਈਫਲ ਦੇ ਨਾਲ ਵਾਰ ਕੀਤਾ, ਗੋਲੀ ਚਲਾਈ ਜੋ ਅਕਾਲੀ ਸਾਹਿਬ ਦੇ ਲੱਗੀ। ਔਰ ਇਹ ਮੇਰੇ ਹਿਸਾਬ ਨਾਲ 14 ਮਾਰਚ 1823 ਦਾ ਸਾਕਾ ਹੈ ਜੀ, ਇਹ 14 ਮਾਰਚ 1823 ਨੂੰ ਕੌਮ ਦਾ ਜਥੇਦਾਰ ਬਾਬਾ ਅਕਾਲੀ ਫੂਲਾ ਸਿੰਘ ਜੀ
ਸ਼ਹੀਦੀ ਪਾ ਗਏ ਜੀ। ਇਹ ਜੀ ਬਹੁਤ ਉਹਦੇ ਤੋਂ ਬਾਅਦ ਸਿੱਖ ਸੰਗਤਾਂ ਨੇ ਬਹੁਤ 15 ਤਰੀਕ ਨੂੰ ਇਹਨਾਂ ਦਾ ਸੰਸਕਾਰ ਕੀਤਾ ਗਿਆ ਜੀ ਜੀ ਔਰ ਅਕਾਲੀ ਫੂਲਾ ਸਿੰਘ ਦਾ ਬਹੁਤ ਪਿਆਰਾ ਇੱਕ ਜੀਵਨ ਆ ਜਿਹਦੇ ਅੰਦਰੋਂ ਸਿਧਾਂਤ ਮਿਲਦਾ ਜੀ ਜੀ ਕਿ ਅਰਦਾਸਾ ਸੋਧ ਦੇਣਾ, ਅਰਦਾਸੇ ਤੋਂ ਬਾਅਦ ਵਾਪਸ ਨਹੀਂ ਜਾਣਾ। ਹਾਂਜੀ 15 ਤਰੀਕ ਨੂੰ ਲੁੰਡੇ ਦਰਿਆ ਦੇ ਕੰਢੇ 'ਤੇ ਕਹਿੰਦੇ ਇਹਨਾਂ ਦਾ ਜਿਹੜਾ ਸੰਸਕਾਰ ਜਿਹੜਾ ਕੀਤਾ ਗਿਆ ਜੀ ਜੀ ਔਰ ਉਸ ਤੋਂ ਬਾਅਦ ਉੱਥੇ ਉਹਨਾਂ ਦੀ ਸਮਾਧ ਬਣਾਈ ਗਈ ਜੀ। ਉਸ ਸਮੇਂ ਦਾ ਉਸ ਵੇਲੇ ਸਭ ਤੋਂ ਵੱਡਾ ਲੋਹਾ ਜੰਗ, ਅੱਜ ਵੀ ਕਾਬਲ ਦੇ ਵਿੱਚ ਉਸ ਨੂੰ ਲੋਹਾ ਜੰਗ ਮੰਨਿਆ ਜਾਂਦਾ ਹੈ ਜੀ। ਔਰ 12 ਕਿਲੋਮੀਟਰ ਦੇ ਵਿੱਚ ਕਬਰਾਂ ਹੀ ਕਬਰਾਂ ਨੇ। ਔਰ ਉਸ ਤੋਂ ਬਾਅਦ ਜਦੋਂ ਬਾਬਾ ਜੀ ਦਾ ਅੰਤਿਮ ਸੰਸਕਾਰ ਹੋਇਆ ਔਰ ਬਾਬਾ ਜੀ ਦੀ ਸਮਾਧ ਬਣੀ, ਫਿਰ ਮਹਾਰਾਜਾ ਰਣਜੀਤ ਸਿੰਘ ਨੇ ਬਾਬਾ ਜੀ ਦੇ ਨਾਂ 'ਤੇ 28,000 ਕਨਾਲ ਜ਼ਮੀਨ ਉਸ ਜਗ੍ਹਾ 'ਤੇ 28,000 ਕਨਾਲ ਜ਼ਮੀਨ ਬਾਬਾ ਜੀ ਦੀ ਸਮਾਧ ਦੇ ਨਾਂ 'ਤੇ ਲਵਾਈ ਗਈ ਉੱਥੇ। ਦੇਖੋ ਉੱਥੇ ਇੱਕ ਬੜਾ ਪਿਆਰਾ ਹੋਰ ਸੰਦੇਸ਼ ਮਿਲਦਾ ਰਿਹਾ ਕਿ ਉੱਥੇ ਸਮਾਧ ਵੀ ਬਣਾਈ। ਸਿੱਖ ਬੇਸ਼ੱਕ ਸਮਾਧ ਨੂੰ ਪੂਜਦਾ ਨਹੀਂ, ਮੱਟ ਨੂੰ ਪੂਜਦਾ ਨਹੀਂ, ਨਾਲ ਉਹਦੇ ਇੱਕ ਨਿਸ਼ਾਨ ਸਾਹਿਬ ਚਲਾਇਆ ਗਿਆ ਜਿੱਥੇ 1945 ਤੋਂ ਪਹਿਲਾਂ ਜਾ ਕੇ ਸਿੱਖ ਤਰਨਾ ਦਲ, ਬੁੱਢਾ ਦਲ ਜਾਂ ਹੋਰ ਪੰਥ ਦੇ ਮਹਾਨ ਜਿੰਨੇ ਵੀ ਦਲ ਸਨ ਉਹ ਜਾ ਕੇ ਅਕਾਲੀ ਫੂਲਾ ਸਿੰਘ ਦੀ ਯਾਦਗਾਰ ਦੇ ਉੱਤੇ ਜਾ ਕੇ ਬਹੁਤ ਵੱਡਾ ਸਮਾਗਮ ਕਰਦੇ ਸੀ ਜੀ 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 ਪਰ ਅੱਜ ਜੇ ਦੇਖੀਏ ਸਿੱਖਾਂ ਦੇ ਅੰਦਰ ਜਿਹੜਾ ਬਹੁਤੇ ਜ਼ਿਆਦਾ ਜਿਹੜਾ ਵਿਰੋਧਤਾ ਵੀ ਕਰਦੇ ਆ, ਕਹਿੰਦੇ ਜੀ ਮੰਨ ਲਓ ਇਹ ਜਿਹੜੇ ਸਿੱਖ ਆ ਇਹ ਢਾ ਢਾ ਕੇ ਪੁਰਾਣੀਆਂ ਚੀਜ਼ਾਂ ਨੂੰ ਨਵੀਆਂ ਉਸਾਰ ਰਹੇ ਆ। ਕੀ ਤੁਹਾਡੇ ਬਾਬਤ ਭਾਈ ਪਰਮਜੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਜਿਹੜੇ ਇਹ ਗੱਲਾਂ ਕਹਿੰਦੇ ਵੀ ਢਾ ਕੇ ਸੰਖ ਮਰਮਰ ਲਾਈ ਜਾ ਰਹੇ ਆ, ਸਾਡੀ ਪੁਰਾਣੀ ਹੋਂਦ ਨੂੰ ਖਤਮ ਕਰ ਰਹੇ ਆ, ਕੀ ਉਹਨਾਂ ਨੂੰ ਤੁਸੀਂ ਕੀ ਕਹੋਗੇ? ਦੇਖੋ ਜੀ, ਜਿਹੜੀ ਜਿਹੜੀ ਯਾਦਗਾਰ ਹੈ, ਜਿਵੇਂ ਆਪਾਂ ਇੱਕ ਐਗਜ਼ੈਂਪਲ ਲਾ ਲਈਏ ਜਾਂ ਕਹਿ ਲਈਏ ਕਿ ਜਿਵੇਂ ਸਿੱਖ ਰਾਜ ਜੀ, ਸਿੱਖ ਰਾਜ ਦੇ 4 ਥੰਮ ਸੀ ਜੀ, ਅਕਾਲੀ ਫੂਲਾ ਸਿੰਘ, ਮਹਾਰਾਜਾ ਰਣਜੀਤ ਸਿੰਘ, ਸ਼ਾਮ ਸਿੰਘ ਅਟਾਰੀ ਔਰ ਸਰਦਾਰ ਹਰੀ ਸਿੰਘ ਨਲੂਆ। ਇਹ 4 ਥੰਮ ਹੋਏ ਸਿੱਖ ਕੌਮ ਦੇ। ਔਰ ਜਦੋਂ ਅਕਾਲੀ ਫੂਲਾ ਸਿੰਘ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਸ਼ਹੀਦ ਹੋਏ ਤਾਂ ਕੌਮ ਨੇ ਬਹੁਤ ਜ਼ਿਆਦਾ ਅਫਸੋਸ ਕੀਤਾ। ਲਿਖਣ ਵਿੱਚ ਆਇਆ, ਇਤਿਹਾਸ ਵਿੱਚ ਆਇਆ ਕਿ ਮਹਾਰਾਜਾ ਰਣਜੀਤ ਸਿੰਘ ਭੁੱਬਾਂ ਮਾਰ ਮਾਰ ਕੇ ਰੋਇਆ ਜੀ ਜੀ, ਕਿਉਂਕਿ ਉਹਨੇ ਆਖਿਆ ਵੀ ਸਿੱਖ ਰਾਜ ਦਾ ਇੱਕ ਥੰਮ ਡਿੱਗ ਪਿਆ, ਭੁੱਬਾਂ ਮਾਰ ਮਾਰ ਕੇ ਰੋਇਆ ਮਹਾਰਾਜਾ ਰਣਜੀਤ ਸਿੰਘ। ਪਰ ਗੱਲ ਇਹ ਆ ਵੀ ਜੇ ਅਸੀਂ ਉਹਨਾਂ ਦੀਆਂ ਯਾਦਗਾਰਾਂ ਨੂੰ ਕਾਇਮ ਨਹੀਂ ਰੱਖਾਂਗੇ ਤਾਂ ਉਹ ਇੱਕ ਦਿਨ ਢਹਿ ਕੇ ਢੇਰੀ ਹੋ ਜਾਣਗੇ। ਜੇ ਉਹਨਾਂ 'ਤੇ ਸੰਗ ਮਰਮਰ ਨਹੀਂ ਲਾਵਾਂਗੇ ਜਾਂ ਅਸੀਂ ਉਹਨਾਂ ਦੀ ਕੋਈ ਤਿਆਰੀ ਨਹੀਂ ਕਰਵਾਵਾਂਗੇ ਤਾਂ ਉਹ ਮਿੱਟੀ ਆ, ਜਿਹੜੀ ਮਿੱਟੀ ਉਹਨੂੰ ਕਲਰ ਲੱਗ ਜਾਵੇਗਾ, ਖਤਮ ਹੋ ਜਾਵੇਗੀ। ਪਰ ਜਿਹੜੀਆਂ ਉਹ ਯਾਦਗਾਰਾਂ ਨੇ, ਜਿਹੜੇ ਸੰਗ ਮਰਮਰ ਲੱਗਦੇ ਨੇ ਜਾਂ ਕੁਛ ਵੀ ਆ, ਜਿਵੇਂ ਸਾਡੇ ਬਾਬਾ ਜੀ ਸਾਹਿਬਜ਼ਾਦੇ ਨੇ ਜ਼ੋਰਾਵਰ ਸਿੰਘ ਜੀ, ਫਤਿਹ ਸਿੰਘ ਜੀ, ਉਹਨਾਂ ਦੀ ਯਾਦਗਾਰ ਬਣੀ ਹੈ ਫਤਿਹਗੜ੍ਹ ਸਾਹਿਬ ਦੇ ਵਿੱਚ। ਜਿਹੜੀ ਪੁਰਾਣੀ ਸੀ ਯਾਦਗਾਰ ਉਹਨੂੰ ਵਧੀਆ ਤਰੀਕੇ ਦੇ ਨਾਲ ਬਣਾ ਦਿੱਤਾ ਗਿਆ। ਇਸੇ ਤਰ੍ਹਾਂ ਜਿਹੜੀਆਂ ਯਾਦਗਾਰਾਂ ਨੇ, ਜੇ ਉਹਨਾਂ ਨੂੰ ਲੰਮੇ ਸਮੇਂ ਤੱਕ ਬਚਾ ਕੇ ਰੱਖਣਾ ਤਾਂ ਉਹਨਾਂ ਦੀ ਕੁਛ ਨਾ ਕੁਛ ਤਾਂ ਮੋਡੀਫਾਈ ਕਰਨਾ ਪਵੇਗਾ ਨਾ ਉਹਨਾਂ ਨੂੰ। ਬਹੁਤ ਵਧੀਆ ਆਪ ਜੀਆਂ ਦਾ ਬਹੁਤ ਬਹੁਤ ਧੰਨਵਾਦ ਹੈ। ਕਲਤੂਰਾ ਸਿੱਖ ਟੀਵੀ ਦੇਖ ਰਹੀ ਹੈ ਸਮੁੱਚੀ ਸਿੱਖ ਸੰਗਤ ਨੂੰ ਕਲਤੂਰਾ ਸਿੱਖ ਟੀਵੀ ਵੱਲੋਂ ਬਹੁਤ ਬਹੁਤ ਧੰਨਵਾਦ ਹੈ। ਔਰ ਸਾਰਿਆਂ ਨੂੰ ਇੱਕੋ ਹੀ ਨਿਮਰਤਾ ਸਹਿਤ ਬੇਨਤੀ ਹੈ ਕਿ ਸਬਸਕ੍ਰਾਈਬ ਇਸ ਚੈਨਲ ਨੂੰ ਕਰੋ ਤਾਂ ਜੋ ਆਪਾਂ ਸਿੱਖ ਪੰਥ ਦੀਆਂ ਮਹਾਨ ਸਾਖੀਆਂ ਔਰ ਸਿੱਖ ਪੰਥ ਦੇ ਮਹਾਨ ਅਣਗੌਲੇ ਕੀਤੇ ਹੋਏ ਜਿਹੜੇ ਜਥੇਦਾਰ ਜਾਂ ਕੌਮ ਦੇ, ਜਿਨ੍ਹਾਂ ਨੇ ਕੌਮ ਦੀ ਖਾਤਰ ਬਹੁਤ ਵੱਡੀਆਂ ਸ਼ਹਾਦਤਾਂ ਦਿੱਤੀਆਂ, ਉਹਨਾਂ ਦਾ ਇਤਿਹਾਸ ਵਡਮੁੱਲਾ ਜਿਹੜਾ ਬੋਲਦੇ ਰਹੀਏ। ਦਾਸ ਕੁਲਵੰਤ ਸਿੰਘ ਖਾਲਸਾ ਅਤੇ ਭਾਈ ਪਰਮਜੀਤ ਸਿੰਘ ਖੱਸਣ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।